ਦੋਸਤੋ ਟਾਪ 25 ਐਸਯੂਵੀ ਜਿਹੜੀਆਂ April 2024 ਦੇ ਵਿੱਚ ਸੇਲ ਹੋਈਆਂ ਨੇ ਕਾਰਾਂ ਦੀ ਲਿਸਟ ਦੇ ਨਾਲ-ਨਾਲ ਮੈਂ ਤੁਹਾਨੂੰ ਰੇਟ ਵੀ ਦੱਸੀ ਜਾਊਂਗਾ ਕਿਉਂਕਿ ਰੇਟ ਦੱਸਣ ਦੇ ਨਾਲ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਕਿਹੜੀ ਗੱਡੀ ਕਿੰਨੇ ਵਿੱਚ ਪੈ ਰਹੀ ਹੈ ਤੇ ਜੇ ਤੁਸੀਂ ਪਰਚੇਜ਼ ਕਰਨੀ ਹੈ ਤੇ ਉਹਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਆਸਾਨੀ ਹੋ ਜਾਂਦੀ ਹੈ ਸੋ ਸ਼ੁਰੂ ਕਰ ਲਿਨੇ ਆ 25ਵੇਂ ਨੰਬਰ ਤੋਂ ਫਾਸਟ ਬਸ ਤੋਂ ਆਪਾਂ ਵੀਡੀਓ ਮਕਾ ਦਣੀ ਹੈ 25ਵੇਂ ਨੰਬਰ ਤੇ ਜੀ ਕੁਸ਼ੈਕ 1000 ਤੇ 160 ਗੱਡੀਆਂ ਸੇਲ ਹੋਈਆਂ ਨੇ ਟੋਟਲ ਪੈਟਰੋਲ ਟਰਬੋ ਪੈਟਰੋਲ ਇੰਜਨਾਂ ਦੇ ਨਾਲ ਆਉਂਦੀ ਹੈ ਤੇ 5 ਸਟਾਰ ਐਨਸੀਬੀ ਰੇਟਿੰਗ ਇਹਨੂੰ ਮਿਲੀ ਹੋਈ ਹੈ 12 ਲੱਖ ਤੋਂ ਲੈ ਕੇ 20 ਲੱਖ 50 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ 24ਵੇਂ ਨੰਬਰ ਤੇ ਹੈ ਜੀ ਅਲਕਾਜ਼ਾਰ ਅਲਕਾਜ਼ਾਰ ਜੀ 1000 ਤੋਂ 219 ਗੱਡੀਆਂ ਕੁੱਲ ਸੇਲ ਹੋਈਆਂ ਨੇ 16 ਲੱਖ 77 ਹਜ਼ਾਰ ਤੋਂ ਲੈ ਕੇ 21 ਲੱਖ 28 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ 23ਵੇਂ ਨੰਬਰ ਤੇ ਜੀ ਟਾਟਾ ਸਫਾਰੀ 5 ਸਟਾਰ ਰੇਟਿੰਗ ਵਾਲੀ ਕਾਰ ਆ 1716 ਗੱਡੀਆਂ ਕੁੱਲ ਸੇਲ ਹੋਈਆਂ 16 ਲੱਖ 19000 ਤੋਂ ਲੈ ਕੇ 27 ਲੱਖ 34000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 22ਵੇਂ ਨੰਬਰ ਤੇ ਜੀ Honda Elevate 1731 ਗੱਡੀਆਂ ਕੁੱਲ ਸੇਲ ਹੋਈਆਂ ਨੇ 11 ਲੱਖ 73000 ਤੋਂ ਲੈ ਕੇ 16 ਲੱਖ 67000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 21ਵੇਂ ਨੰਬਰ ਤੇ ਜੀ Tata Harrier 1746 ਗੱਡੀਆਂ ਕੁੱਲ ਸੇਲ ਹੋਈਆਂ 15 ਲੱਖ 50 ਹਜ਼ਾਰ ਤੋਂ ਲੈ ਕੇ 26 ਲੱਖ 44 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 20ਵੇਂ ਨੰਬਰ ਤੇ ਜੀ ਵਾਕਸਵਾਗਨ ਦੀ ਤੈਗਨ 1758 ਗੱਡੀਆਂ ਕੁੱਲ ਸੇਲ ਹੋਈਆਂ 11 ਲੱਖ 70 ਹਜ਼ਾਰ ਤੋਂ ਲੈ ਕੇ 20 ਕ ਲੱਖ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 19ਵੇਂ ਨੰਬਰ ਤੇ ਜੀ ਹੈਕਟਰ ਔਰ ਹੈਕਟਰ ਪਲੱਸ 1813 ਗੱਡੀਆਂ ਕੁੱਲ ਸੇਲ ਹੋਈਆਂ 14 ਲੱਖ ਤੋਂ ਲੈ ਕੇ ਤੇ 23 ਕ ਲੱਖ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 18ਵੇਂ ਨੰਬਰ ਤੇ ਜੀ ਫੋਰਚੂਨਰ ਟੋਇਟਾ ਫੋਰਚੂਨਰ 2325 ਗੱਡੀਆਂ ਸੇਲ ਹੋਈਆਂ 33 ਲੱਖ 43 ਹਜ਼ਾਰ ਤੋਂ ਲੈ ਕੇ 51 ਲੱਖ 44 ਹਜ਼ਾਰ ਰੁਪਏ ਤੱਕ ਐਕਸ਼ਨ ਨੂੰ ਪ੍ਰਾਈਜ਼ ਮਿਲ ਜਾਂਦੀ ਹੈ 7ਵੇਂ ਨੰਬਰ ਤੇ ਜੀ ਨਿਸ਼ਾਨ ਮੈਗਨਾਈਟ ਇੱਕੋ ਇੱਕ ਲੋਤੀ ਗੱਡੀ ਰਹਿ ਗਈ ਹੈ ਨਿਸ਼ਾਨ ਦੀ 2404 ਗੱਡੀਆਂ ਕੁੱਲ ਸੇਲ ਹੋਈਆਂ 6 ਲੱਖ ਤੋਂ ਲੈ ਕੇ 11 ਲੱਖ 11 ਹਜ਼ਾਰ ਰੁਪਏ ਤੱਕ ਐਕਸ਼ਨ ਨੂੰ ਪ੍ਰਾਈਜ਼ ਮਿਲ ਜਾਂਦੀ ਹੈ 16ਵੇਂ ਨੰਬਰ ਤੇ ਜੀ ਹਾਈ ਰਾਈਡਰ ਟੋਇਟਾ ਹਾਈ ਰਾਈਡਰ 3252 ਗੱਡੀਆਂ ਕੁੱਲ ਸੇਲ ਹੋਈਆਂ 11 ਲੱਖ 14 ਹਜ਼ਾਰ ਤੋਂ ਲੈ ਕੇ 20 ਲੱਖ 19000 ਰੁਪਏ ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 15ਵੇਂ ਨੰਬਰ ਤੇ ਜੀ ਐਕਸ ਯੂ ਵੀ 3 ਡਬਲਯੂਓ ਜਾਂ ਐਕਸ ਯੂ ਵੀ 3 ਐਕਸ ਉਹ ਕਹਿ ਲਓ 4000 ਤੇ 3 ਗੱਡੀਆਂ ਕੁੱਲ ਸੇਲ ਹੋਈਆਂ ਸਾਢੇ 7 ਲੱਖ ਤੋਂ ਲੈ ਕੇ ਸਾਢੇ 15 ਲੱਖ ਰੁਪਏ ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 14ਵੇਂ ਨੰਬਰ ਤੇ ਜੀ ਐਕਸ ਯੂ ਵੀ 7 ਡਬਲਯੂਓ 6000 ਤੇ 134 ਗੱਡੀਆਂ ਕੁੱਲ ਸੇਲ ਹੋਈਆਂ 14 ਲੱਖ ਤੋਂ ਲੈ ਕੇ 27 ਲੱਖ ਰੁਪਏ ਤੱਕ ਐਕਸ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 7 ਡਬਲਯੂਓ ਪੈਟਰੋਲ ਡੀਜ਼ਲ ਮੈਨੂਅਲ ਆਟੋ ట్రాన్స్‌મિਸ਼ਨ ਨਾਲ ਮਿਲਦੀ ਹੈ 13ਵੇਂ ਨੰਬਰ ਤੇ 6160 ਗੱਡੀਆਂ ਕੁੱਲ ਸੇਲ ਹੋਈਆਂ 11 ਲੱਖ 25 ਹਜ਼ਾਰ ਤੋਂ ਲੈ ਕੇ 17 ਲੱਖ 60 ਹਜ਼ਾਰ ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 12ਵੇਂ ਨੰਬਰ ਤੇ ਜੀ Kia Seltos 6734 ਗੱਡੀਆਂ ਕੁੱਲ ਸੇਲ ਹੋਈਆਂ 10 ਲੱਖ 90 ਹਜ਼ਾਰ ਤੋਂ ਲੈ ਕੇ ਤੇ 20 ਲੱਖ 35 ਹਜ਼ਾਰ ਰੁਪਏ ਤੱਕ ਐਕਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 11ਵੇਂ ਨੰਬਰ ਤੇ ਜੀ Grand Vitara 7000 ਤੇ 652 ਗੱਡੀਆਂ ਕੁੱਲ ਸੇਲ ਹੋਈਆਂ ਨੇ 10 ਲੱਖ 87 ਹਜ਼ਾਰ ਤੋਂ ਲੈ ਕੇ 19 ਲੱਖ 97 ਹਜ਼ਾਰ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 10ਵੇਂ ਨੰਬਰ ਤੇ ਜੀ ਹੁੰਡਾਈ ਦੀ ਐਕਸਟਰ 7756 ਗੱਡੀਆਂ ਕੁੱਲ ਸੇਲ ਹੋਈਆਂ 6 ਲੱਖ 13 ਹਜ਼ਾਰ ਤੋਂ ਲੈ ਕੇ 10 ਲੱਖ 28 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 9ਵੇਂ ਨੰਬਰ ਤੇ ਜੀ ਸੋਨਟ ਕਿਆ ਸੋਨਟ 7000 ਤੇ 901 ਗੱਡੀਆਂ ਕੁੱਲ ਸੇਲ ਹੋਈਆਂ 8 ਲੱਖ ਤੋਂ ਲੈ ਕੇ 15 ਲੱਖ 75 ਹਜ਼ਾਰ ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਲੈਂਦੀ ਹੈ 8ਵੇਂ ਨੰਬਰ ਤੇ ਜੀ ਵੈਨਿਊ 9000 ਤੇ 120 ਗੱਡੀਆਂ ਕੁੱਲ ਸੇਲ ਹੋਈਆਂ 7 ਲੱਖ 94000 ਤੋਂ ਲੈ ਕੇ 13 ਲੱਖ 48000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 7ਵੇਂ ਨੰਬਰ ਤੇ ਜੀ ਬਲੇਰੋ 9537 ਗੱਡੀਆਂ ਕੁੱਲ ਸੇਲ ਹੋਈਆਂ 9 ਲੱਖ 90000 ਤੋਂ ਲੈ ਕੇ 12 ਲੱਖ 16000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 6ਵੇਂ ਨੰਬਰ ਤੇ ਜੀ ਟਾਟਾ ਨੈਕਸਨ 11168 ਗੱਡੀਆਂ ਕੁੱਲ ਸੇਲ ਹੋਈਆਂ 8 ਲੱਖ 15000 ਤੋਂ ਲੈ ਕੇ 15 ਲੱਖ 80000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ 5ਵੇਂ ਨੰਬਰ ਤੇ ਜੀ ਫਰਾਂਕਸ 14286 ਗੱਡੀਆਂ ਕੁੱਲ ਸੇਲ ਹੋਈਆਂ 751000 ਤੋਂ ਲੈ ਕੇ 13 ਲੱਖ ਰੁਪਏ ਦਾ 1 ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਚੌਥੇ ਨੰਬਰ ਤੇ ਜੀ ਸਕੋਰਪੀਓ 14000 ਤੇ 807 ਗੱਡੀਆਂ ਕੁੱਲ ਸੇਲ ਹੋਈਆਂ ਸਕੋਰਪੀਓ ਦੀ ਸੇਲ ਪਿਛਲੇ ਮਹੀਨੇ ਦੇ ਨਾਲੋਂ ਕਾਫੀ ਘਟੀ ਆ 1360000 ਤੋਂ ਲੈ ਕੇ 1454000 ਰੁਪਏ ਦਾ 1 ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਤੀਸਰੇ ਨੰਬਰ ਤੇ ਜੀ ਕ੍ਰੇਟਾ 15447 ਗੱਡੀਆਂ ਕੁੱਲ ਸੇਲ ਹੋਈਆਂ 11 ਲੱਖ ਤੋਂ ਲੈ ਕੇ 20115000 ਤੱਕ 1 ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਦੂਸਰੇ ਨੰਬਰ ਤੇ ਜੀ ਬਰੀਜ਼ਾ 17000 ਤੇ 113 ਗੱਡੀਆਂ ਕੁੱਲ ਸੇਲ ਹੋਈਆਂ ਬਰੀਜ਼ਾ 8 ਲੱਖ 34000 ਤੋਂ ਲੈ ਕੇ 14 ਲੱਖ 14000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਮਿਲ ਜਾਂਦੀ ਹੈ ਪਹਿਲੇ ਨੰਬਰ ਤੇ ਜੀ ਟਾਟਾ ਪੰਜ ਪੰਜ ਨੇ ਬਹੁਤ ਵੱਡੇ ਰਿਕਾਰਡ ਤੋੜੇ ਆ 19000 ਤੇ 158 ਗੱਡੀਆਂ ਕੁੱਲ ਸੇਲ ਹੋਈਆਂ 6 ਲੱਖ 13000 ਤੋਂ ਲੈ ਕੇ 10 ਲੱਖ 20000 ਰੁਪਏ ਤੱਕ ਇੱਕ ਸ਼ੋਰੂਮ ਪ੍ਰਾਈਸ ਪੰਜ ਮਿਲ ਜਾਂਦੀ ਹੈ ਸੋ ਦੋਸਤੋ ਇਹ ਸੀਗੀਆਂ ਟਾਪ 25 ਐਸਯੂਵੀ ਜਿਹੜੀਆਂ ਕਿ April 2024 ਦੇ ਵਿੱਚ ਸੇਲ ਹੋਈਆਂ ਨੇ ਨਾਲ ਦੇ ਨਾਲ ਤੁਹਾਨੂੰ ਮੈਂ ਰੇਟ ਵੀ ਦੱਸ ਦਿੱਤੇ ਆ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ